सुख शांत सहज आनंद भय पूर्ण भई से भक्त जना की बेनती कल्याण
आनंद रूप होई है उबरे बाल गोपाल बेनती सुनी प्रभु आप रोग मिटाए जीवालियन परमेश्वर होए आप दयाल एक सवाल खड़ा हो गया है ते बल्कि सवाल विचों चलते हुए सवाल विचों एक जवाब मिल गया है। पूछना चाहना परमेश्वर किसे ने देखा जिंदगी अगे बेनती तो मसला है लफज ने ख्याल मैंने क्यों आया क्योंकि अजोके संसार विच एक मसला खड़ा हो गया है प्रेजेंट वर्तमान विच रोज चल रहा है वो है जिहड़ा दिसदा ही नहीं जिन्हों कदे किसी ने देखा ही नहीं किसी की जात का विरोधी नहीं इसलिए नाम नहीं लेना चाहता पर आज एक सवाल खड़ा कर लिया गया है तो मैं उस रब नहीं मनता जेड़ा दिसदा ही नहीं मैं उस रब नहीं मनता जिन्हों कदे किसी ने देखिया ही नहीं बल्कि इतों तक कह दिता गया कि जिहड़ा दिसदा ही नहीं जिन्हों कदे किसे ने देखिया ही नहीं एवें उन्दे अगे अरदासा करी जानियां ये कर्मकांड है अजोका ख्याल चलते जिहड़ा दिसदा ही नहीं उन्दे अगे अरदासा क्यों करनियां रब दिसदा नहीं उन्हों मन्नण दी उन्दे अगे अरदास करन दी लोड़ ही कोई नहीं बेअर्थ अज ख्याल दिता जा रहा है जदों संसार दे लोग नास्तिकता वाल बदलने पहले प्यार होंगे कभी थोड़ी सच्चाई है निगाह मारे खासकर उस धरती ते जिस धरती तो आप आए हैं अज उत्थे कॉलेजां यूनिवर्सिटियां विच जिन्नी तादाद प्रोफेसर दी टीचर दी निश्चित कीती जा रही है उनदे विच 95% नास्तिक विचारां वाले मैंने दूजे लफ्जां विच कामरेड आखदे आ ऐसी विचारधारा वाले लोग निश्चित हो रहे हैं ताकि जीवन नालों मनुख नूं तोड़ दिता जाए एक ख्याल करें जिन्नी देर असी जीवन नहीं समझते
ਉਹਨੇ ਦੇਰ ਜੀਵਨ ਦੀ ਰਖਵਾਲੀ ਕੀ ਕਰਾਂਗੇ, ਜੀਵਨ ਦੀ ਲੋੜ ਕੀ ਪ੍ਰਤੀਤ ਕਰਾਂਗੇ। ਮਨੁੱਖ ਉਸੇ ਨੂੰ ਸੰਭਾਲਦਾ ਜਿਹਦੀ ਲੋੜ ਪ੍ਰਤੀਤ ਕਰਦਾ ਹੈ। ਉਹਦਾ ਨਤੀਜਾ ਹੈ ਅੱਜ ਅਸੀਂ ਆਹਿਸਤਾ ਆਹਿਸਤਾ ਜੀਵਨ ਵੱਲੋਂ ਹੀ ਮੂੰਹ ਮੋੜ ਰਹੇ ਹਾਂ ਤੇ ਜੀਵਨ ਨੂੰ ਸਮਝ ਰਹੇ ਹਾਂ। ਤੇ ਜਦੋਂ ਹੋਰ ਸਹਾਰਾ ਮਿਲ ਜਾਏ ਬੱਚਿਆਂ ਨੂੰ, ਹੋਰ ਸਾਧਨ ਮਿਲ ਜਾਏ ਬੱਚਿਆਂ ਨੂੰ ਜਿੱਥੇ ਇਹ ਪੜ੍ਹਾਇਆ ਜਾਂਦਾ ਹੋਵੇ ਰੱਬ ਦੀ ਕੀ ਲੋੜ ਹੈ, ਕਿੱਥੇ ਹੈ ਰੱਬ? ਖੂਬਸੂਰਤ ਸਵਾਲ ਹੈ। ਹਰਕ ਨੂੰ ਅਪੀਲ ਕਰਦਾ ਹੈ, ਸਵਾਲ ਬੜਾ ਸੋਹਣਾ, ਕਿੱਥੇ ਹੈ ਰੱਬ? ਮੈਨੂੰ ਕੋਈ ਪੁੱਛੇ ਕਿੱਥੇ ਹੈ ਰੱਬ, ਮੈਂ ਜਵਾਬ ਹੋ ਜਾਊਂਗਾ। ਇਹ ਗੱਲ ਵੱਖਰੀ ਹੈ ਕਿ ਜੇ ਮੈਂ ਆਪਣੀ ਜ਼ਬਾਨੋਂ ਨਾ ਆਖਾਂ, ਗੁਰੂ ਦੀ ਜ਼ਬਾਨ ਨੂੰ ਆਖਾਂ ਤੇ ਫਿਰ ਮੇਰੇ ਕੋਲ ਜਵਾਬ ਹੈ। ਪਰ ਸਵਾਲ ਕਰਨ ਵਾਲਾ ਬੜਾ ਬੇਖੌਫੀ ਨਾਲ ਇਹ ਸਵਾਲ ਅਕਸਰ ਕਰਦਾ। ਹੋ ਸਕਦਾ ਤੁਹਾਡੇ ਵਿੱਚੋਂ ਵੀ ਕਿਸੇ 'ਤੇ ਇਹ ਸਵਾਲ ਆਇਆ ਹੋਵੇ ਅਤੇ ਕੋਈ ਪੁੱਛੇ, ਕਿਸੇ ਨੇ ਬੜਾ ਨਿਚਾਕੋ ਪੁੱਛਿਆ, ਉਹ ਭਲਿਆ ਤੂੰ ਐਵੇਂ ਸਤਸੰਗ ਕਰਨਾ, ਐਵੇਂ ਰੱਬ ਰੱਬ ਦੀਆਂ ਗੱਲਾਂ ਕਰਨਾ, ਐਵੇਂ ਨਿਤਨੇਮ ਅਤੇ ਭਲੇ ਬਣਦੀਆਂ, ਦੱਸ ਰੱਬ ਕਿੱਥੇ? ਹੋ ਸਕਦਾ ਕਿਸੇ 'ਤੇ ਸਵਾਲ ਹੋਇਆ ਹੋਵੇ। ਮੈਂ ਸਮਝਦਾ ਬੜੀ ਵੱਡੀ ਜ਼ਰੂਰਤ ਦੀ ਗੱਲ ਹੈ ਜਿਹੜਾ ਅੱਜ ਪਰੀਪੋਕ ਰਿਪਬਲਿਕ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਖਲੋ ਕੇ ਆਖਦਾ ਰੱਬ ਕਿੱਥੇ ਹੈ? ਕਿਸੇ ਨੇ ਵੇਖਿਆ? ਕਿਸੇ ਨੇ ਵੇਖਿਆ? ਲੋਕ ਲਾਜਵਾਬ ਹੋ ਜਾਂਦੇ ਨੇ, ਸਵਾਗਤ ਹੋ ਜਾਂਦੇ ਨੇ ਤੇ ਉਹਦੀ ਗੱਲ ਸਕਾਰਤ ਹੋ ਜਾਂਦੀ। ਸਵਾਲ ਬੜਾ ਸੋਹਣਾ, ਰੱਬ ਕਿਸੇ ਨੇ ਵੇਖਿਆ? ਸਦੀਆਂ ਬੀਤ ਗਈਆਂ ਨੇ, ਲੋਕ ਰੱਬ ਰੱਬ ਕਰੀ ਜਾਂਦੇ ਨੇ, ਸਦੀਆਂ ਬੀਤ ਗਈਆਂ ਨੇ, ਲੋਕ ਰੱਬ ਰੱਬ ਕਹਿ ਕੇ ਪੂਜਾ ਵੀ ਕਰੀ ਜਾਂਦੇ ਨੇ, ਕਿਸੇ ਨੇ ਵੇਖਿਆ? ਤੇ ਜਦੋਂ ਅੱਗੋਂ ਕੋਈ ਜਵਾਬ ਸਕਾਰਤ ਨਹੀਂ ਮਿਲਦਾ, ਜੇ ਤਾਂ ਗੁਰੂ ਕੋਲੋਂ ਪੁੱਛਣ ਤਾਂ ਗੁਰੂ ਜ਼ਰੂਰ ਜਵਾਬ ਦੇਵੇਗਾ। ਗੁਰੂ ਕੋਲੋਂ ਪੁੱਛਦੇ ਨਹੀਂ, ਲੋਕਾਂ ਕੋਲੋਂ ਪੁੱਛਦੇ, ਲੋਕ ਨੇ ਵਿਚਾਰੇ ਭੋਗੇ, ਲੋਕ ਨੇ ਵਿਚਾਰੇ ਗਏ ਜਾਣ, ਉਹਨਾਂ ਦੇ ਸਾਹਮਣੇ ਜਦੋਂ ਸਵਾਲ ਹੁੰਦਾ ਨਾ, ਦੱਸੋ ਕਿਸੇ ਨੇ ਰੱਬ ਵੇਖਿਆ? ਖਾਮੋਸ਼ ਹੋ ਜਾਂਦੇ। ਤੇ ਫਿਰ ਅਗਲਾ ਸਵਾਲ ਹੁੰਦਾ ਜਿਹੜਾ ਰੱਬ ਦਿਸਦਾ ਹੀ ਨਹੀਂ, ਜਿਹੜਾ ਪਰਮੇਸ਼ਰ ਕਿਸੇ ਨੇ ਕਦੀ ਦੇਖਿਆ ਹੀ ਨਹੀਂ, ਐਵੇਂ ਉਹਦੀ ਪੂਜਾ ਕਰੀ ਜਾਣੀ, ਐਵੇਂ ਉਹਦੇ ਅੱਗੇ ਅਰਦਾਸਾਂ ਕਰੀ ਜਾਣੀਆਂ, ਉਹਦੇ ਕੋਲੋਂ ਕੁਝ ਮੰਗੀ ਜਾਣਾ, ਕਿੰਨੀ ਮੂਰਖਤਾ ਹੈ! ਕਹਿੰਦੇ ਸੁਣ ਸਕਦੇ ਹੋ, ਸੁਣਾ ਸਕਦੇ ਹੋ, ਕਹਿੰਦੇ ਕਿਹੜਾ ਚੰਗਾ ਹੁੰਦਾ ਜੇ ਉਹਨਾਂ ਨੂੰ ਜਵਾਬ ਸਹੂਲਤ ਮਿਲ ਜਾਂਦਾ। ਪਰ ਮੁਸ਼ਕਲ ਮਜਬੂਰੀ ਹੈ, ਇਸ ਸਮਾਂ ਐਸਾ ਲੰਘ ਰਿਹਾ, ਇਹਦੇ ਵਿੱਚ ਵਿਰੋਧ ਤਣਾਉ ਵਧਾਉਣ ਦਾ ਵੀ ਕੋਈ ਫਾਇਦਾ ਨਹੀਂ, ਵਧਾਓ ਅੰਤਰਵਾਦ ਵਿਵਾਦ ਵਿੱਚ ਉਹ ਤਣਾਉ ਹੀ ਵਧਦਾ। ਹੁਣ ਇਸ ਗੱਲ ਦਾ ਜਵਾਬ ਹੈ ਕਿ ਦੁਨੀਆਂ ਅੰਦਰ ਹਰ ਚੀਜ਼ ਜਿਹੜੀ ਦਿਸਦੀ ਹੈ, ਇਹ ਤਾਂ ਗੁਰੂ ਵੀ ਕਹਿ ਦਿੰਦਾ, ਜਿਹੜੀ ਦਿਸਦੀ ਹੈ ਉਹ ਨਾਸ਼ਵੰਤ ਹੈ, ਜਿਹੜਾ ਅਦਿੱਖ ਹੈ ਉਹ ਸ਼ਕਤੀ ਹੈ। ਪਰ ਆਪਦੇ ਸਾਹਮਣੇ ਸਵਾਲ ਕੀਤਾ ਗਿਆ ਵੀਰ ਦੇ ਵੀ ਭਲਿਆ ਤਾਂ ਤੇਰੇ ਅੰਦਰ ਕੋਈ ਜਾਣ ਵੀ ਹੈ ਕਿ ਸਿਰਫ ਤਾਣੀ ਹੈ? ਮੇਰੇ ਤੇਰੇ ਅੰਦਰ ਕੋਈ ਜੀਵਨ ਵੀ ਹੈ ਕਿ ਤਨ ਹੀ ਜੀਵਨ? ਤਨ ਦਿਸਦਾ ਹੈ, ਤਨ ਦਿਸਦਾ ਹੈ, ਤੇ ਜਿਸ ਦਿਨ ਅੰਦਰੋਂ ਜੀਵਨ ਚਲਾ ਜਾਂਦਾ ਤਨ ਉਸ ਦਿਨ ਵੀ ਦਿਸਦਾ। ਉਹ ਜਿਹੜਾ ਚਲਾ ਜਾਂਦਾ ਉਹ ਕਦੀ ਤੋਂ ਦੇਖਿਆ?
ਗੁਰੂ ਨੇ ਬਾਣੀ ਵਿੱਚ ਆਖਿਆ ਕਹਿੰਦੇ ਨੇ ਪਰਮੇਸ਼ਰ ਨਹੀਂ ਦੇਖਿਆ ਸਵਾਲ ਕਰੇ ਪਰਮੇਸ਼ਰ ਨੇ ਦੇਖਿਆ ਤੇ ਜਿਹੜੀ ਅੰਦਰ ਜੋਤ ਵਸਦੀ ਹੈ ਜਿਹੜੀ ਸਾਨੂੰ ਬੋਲਣਾ ਸਿਖਾਉਂਦੀ ਹੈ ਜਿਹੜਾ ਸਰ ਜਿਹੜੀ ਸਾਨੂੰ ਦੇਖਣ ਦੀ ਸ਼ਕਤੀ ਦਿੰਦੀ ਹੈ ਗੁਰੂ ਨੇ ਐਵੇਂ ਹਰ ਗੱਲ ਦਾ ਜਵਾਬ ਕਹਿਣ ਲੱਗੇ ਬਾਬਾ ਬੋਲਦੇ ਤੇ ਕਹਾਂਗੇ ਉਹ ਅੰਦਰਲੀ ਚੀਜ਼ ਜਿਹੜੀ ਹੈ ਉਹ ਕਿੱਥੇ ਗਈ ਜਿਹੜੀ ਬੋਲਦੀ ਸੀ ਬਾਬਾ ਬੋਲਦੇ ਤੇ ਕਹਾਂ ਗਏ ਦੇਹੀ ਕੇ ਸਗਰਹ ਦੀ ਸੁਰਤ ਮਾਏ ਜੋ ਮਿਲਤੇ ਕਰਤੇ ਕਥਾ ਵਾਰਤਾ ਕਰਦੇ ਕਦਾ ਕਰਦੇ ਸਨ ਕਦਾ ਕਰਦੇ ਸਨ ਉਹ ਦੇਖੋ ਚੀਜ਼ ਹੈ ਨਾ ਜਿਹਨੂੰ ਅਸੀਂ ਜੀਵਨ ਆਖਦੇ ਹਾਂ ਅੰਦਰ ਕੋਈ ਜੋਤ ਹੈ ਨਾ ਜਿਹਨੂੰ ਅਸੀਂ ਜੀਵਨ ਆਖਦੇ ਹਾਂ ਪੜਿਆ ਮੇਰੇ ਕੋਲੋਂ ਰੱਬ ਬਾਰੇ ਪੁੱਛਣ ਵਾਲੇ ਆ ਵੀ ਤੂੰ ਪਰਮੇਸ਼ਰ ਦੇਖਿਆ ਕਿ ਨਹੀਂ ਦੇਖਿਆ ਕਿੱਥੇ ਹੈ ਭਲਾ ਤੇਰੇ ਕੋਲੋਂ ਕੋਈ ਪੁੱਛੇ ਤੂੰ ਅੰਦਰਲਾ ਜੀਵਨ ਦੇਖਿਆ ਜਾਂ ਆਖੇਗਾ ਹੈ ਹੀ ਨਹੀਂ ਅੱਜ ਤੂੰ ਇਹ ਆਖਣਾ ਰੱਬ ਵੱਖਰਾ ਹੈ ਹੀ ਕੋਈ ਨਹੀਂ ਉਹ ਕਿਸੇ ਨੇ ਵੇਖਿਆ ਤਨ ਦਿਸਦਾ ਹੈ ਕੁਦਰਤ ਦਿਸਦੀ ਹੈ ਬਸ ਇਹੋ ਹੀ ਰੱਬ ਹੈ ਜੇ ਭਲਾ ਤੇਰੇ ਕੋਲੋਂ ਕੋਈ ਪੁੱਛੇ ਅੰਦਰਲਾ ਜੀਵਨ ਕਿਸੇ ਨੇ ਦੇਖਿਆ ਪਰ ਤੈਨੂੰ ਵਿਸ਼ਵਾਸ ਹੈ ਨਾ ਕੋਈ ਹੈ ਅੰਦਰ ਜੀਵਨ ਜਿਹੜਾ ਮੈਨੂੰ ਚੱਲਣਾ ਫਿਰਨਾ ਸਭ ਕੁਛ ਸਿਖਾ ਜੇ ਤੈਨੂੰ ਆਪਣੇ ਜੀਵਨ ਸਵਾਲ ਜਵਾਬ ਦਿਓ ਜੇ ਤੁਹਾਨੂੰ ਜੇ ਤੈਨੂੰ ਆਪਣੇ ਜੀਵਨ ਤੇ ਭਰੋਸਾ ਹੈ ਤਾਂ ਜੀਵਨ ਦੇਣ ਵਾਲੇ ਰੱਬ ਤੇ ਭਰੋਸਾ ਕੋਈ ਤੇਰਾ ਜੀਵਨ ਵੀ ਨਹੀਂ ਦਿਸਦਾ ਦੇਣ ਵਾਲਾ ਵੀ ਨਹੀਂ ਦਿਸਦਾ ਆਪਣੇ ਜੀਵਨ ਦੇ ਹੋਂਦ ਵੀ ਨਾ ਕਬੂਲ ਤੈਨੂੰ ਕਬੂਲ ਨਹੀਂ ਕਰਦੀ ਦਿਸਦੀ ਹੋਵੇ ਤੇ ਗੁਰੂ ਨੇ ਬਾਣੀ ਵਿੱਚ ਆਖਿਆ ਕਹਿਣ ਲੱਗੇ ਸਵਾਲ ਖੜਾ ਹੋ ਜਾਏਗਾ ਜਾਤੋ ਜਾਏ ਕਹਾਂ ਤੇ ਹੋਵੇ ਜਾਤੋ ਜਾਏ ਦਾ ਮਤਲਬ ਹੁੰਦਾ ਜਾਣਿਆ ਜਾਏ ਸਮਝਿਆ ਜਾਏ ਸਵਾਲ ਹੈ ਇਹ ਜੀਵਨ ਕਿੱਥੋਂ ਆਇਆ ਹੈ ਜਾਤੋ ਜਾਏ ਕਹਾਂ ਤੇ ਆਵੇ ਕਹਿ ਉਪਜੇ ਕਹਾਂ ਜਾਏ ਸਮਾਵੇ ਇਹ ਕਿੱਥੋਂ ਪੈਦਾ ਹੋਇਆ ਤੇ ਕਿੱਥੇ ਚਲਾ ਜਾਂਦਾ ਹੈ ਬੜੀ ਅਜੀਬ ਗੱਲ ਹੈ ਇਹਦੀ ਕਹਾਣੀ ਬਾਰੇ ਤੂੰ ਆਪਣੇ ਬਾਰੇ ਤੱਕ ਨਹੀਂ ਸਵਾਲ ਨਹੀਂ ਕੀਤਾ ਰੱਬ ਬਾਰੇ ਸਵਾਲ ਕਰੀ ਜਾਂਦਾ ਆਪਣੇ ਆਪ ਤੋਂ ਕਦੇ ਨਹੀਂ ਪੁੱਛਿਆ ਜੀਵਨ ਕਿੱਥੇ ਆਇਆ ਕਿੱਥੇ ਗਿਆ ਦਿਸਦਾ ਨਹੀਂ ਦਿਸਦਾ ਨਹੀਂ ਤੇ ਜੀਵਨ ਹੈ ਹੀ ਨਹੀਂ ਇਹ ਸਵਾਲ ਕਦੀ ਤੂੰ ਇੱਥੇ ਨਹੀਂ ਖੜੇ ਕੀਤੇ ਪਰ ਕਿੱਡੀ ਅਜੀਬ ਗੱਲ ਹੈ ਰੱਬ ਪ੍ਰਤੀ ਸਵਾਲ ਕਰਨਾ ਕਿ ਉਹਦੇ ਅੱਗੇ ਅਰਦਾਸ ਕਰਨ ਦਾ ਕੀ ਫਾਇਦਾ ਜਿਹੜਾ ਦਿਸਦਾ ਨਹੀਂ ਗੁਰੂ ਕੋਲ ਪੁੱਛ
ਮਤਲਬ ਤੈਨੂੰ ਆਪਣੇ ਗੁਰੂ ਤੇ ਵਿਸ਼ਵਾਸ ਨਹੀਂ। ਗੁਰੂ ਪ੍ਰਭੂ ਦੀ ਹੋਂਦ ਨੂੰ ਕਬੂਲਦਾ, ਉਹਦਾ ਨਾਂ ਦੱਸਣਾ ਵੀ ਕਬੂਲਦਾ। ਆਪ ਨਿਰੰਜਨ ਨਿਰੰਕਾਰ, ਸਭ ਕੁਛ ਆਪੇ ਕਰਤਾ, ਉਹਦੀ ਨਾ ਦੱਸਣ ਦੀ ਉਸ ਫਰਮ ਨੂੰ ਵੀ ਕਬੂਲਦਾ, ਤੇ ਗੁਰੂ ਰੱਬ ਦੀ ਹੋਂਦ ਨੂੰ ਵੀ ਕਬੂਲਦਾ, ਤੇ ਉਸ ਨਾ ਦੱਸਣ ਵਾਲੇ ਰੱਬ ਅੱਗੇ ਅਰਦਾਸ ਨੂੰ ਵੀ ਕਬੂਲਦਾ। ਅਰਦਾਸ ਇੱਕ ਮਨ ਦੀ ਅਵਸਥਾ ਦੀ, ਜਿਸ ਨੂੰ ਕਹਿੰਦੇ ਦ੍ਰਿੜਤਾ, ਮਨ ਦੀ ਅਵਸਥਾ ਦਾ ਇੱਕ ਸਹਾਰਾ ਹੈ ਕਿ ਜਿਹੜਾ ਮਾਲਕ ਮੈਨੂੰ ਜੀਵਨ ਦੇ ਸਕਦਾ, ਮੈਂ ਆਪਣੇ ਜੀਵਨ ਦੀ ਕਿਸੇ ਲੋੜ ਲਈ ਉਹਦੇ ਕੋਲੋਂ ਹੀ ਕੁਝ ਮੰਗਣਾ, ਜੀਵਨ ਕਿਸੇ ਹੋਰ ਨੇ ਥੋੜ੍ਹਾ ਦਿੱਤਾ, ਜਿਹਨੇ ਜੀਵਨ ਦਿੱਤਾ ਮੈਂ ਉਹਦੇ ਕੋਲੋਂ ਮੰਗ ਲੈਂਦਾ। ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਮਨੁੱਖ ਕਾਰ ਖਰੀਦ ਕੇ ਲਿਆਉਂਦਾ ਹੈ, ਘੜੀ ਖਰੀਦ ਕੇ ਲਿਆਉਂਦਾ ਹੈ, ਉਹਦੀ ਬਣਾਉਣ ਵਾਲੀ, ਉਹਨੂੰ ਬਣਾਉਣ ਵਾਲੀ ਕੋਈ ਕੰਪਨੀ ਉਹਦਾ ਐਡਰੈਸ ਕਿਉਂ ਰੱਖਦਾ? ਜੇ ਇਹ ਖਰਾਬ ਹੋ ਜਾਏ ਮੈਂ ਉਹਦੇ ਕੋਲ ਇਹਦਾ ਪਾਰਟ ਮੰਗ ਸਕਾਂ, ਉਹਦੇ ਕੋਲੋਂ ਮਦਦ ਮੰਗ ਸਕਾਂ, ਹੈਲਪ ਮੰਗ ਸਕਾਂ, ਇਹਦੀ ਰਿਪੇਅਰ ਹੋਵੇ, ਕਰਦੇ ਨਾ। ਤੇ ਭਲਿਆ ਜੀਵਨ ਮੈਨੂੰ ਸੰਸਾਰ ਦੇ ਕਿਸੇ ਫੈਕਟਰੀ ਵਿੱਚੋਂ ਮਿਲਿਆ ਹੋਵੇ ਤੇ ਮੈਂ ਉੱਥੇ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੁਝ ਮੰਗਾਂ, ਹੱਕ ਮੰਨਦਾ। ਜੇ ਤਾਂ ਮੈਨੂੰ ਜੀਵਨ ਕਿਸੇ ਫੈਕਟਰੀ ਇੰਡਸਟਰੀ ਤੋਂ ਲਿਖਿਆ ਬਣਾਇਆ ਹੋਇਆ ਮਿਲਿਆ ਹੈ, ਤੇ ਬਣਾਉਣ ਵਾਲਾ ਜੇ ਕੋਈ ਉਹ ਭਰਿਆ, ਬਜਾਏ ਇਸ ਗੱਲ ਦੇ ਕਿ ਤੂੰ ਰੱਬ ਤੇ ਕੋਈ ਸਵਾਲ ਖੜਾ ਕਰੇ, ਤੂੰ ਜੇ ਤੈਨੂੰ ਉਹ ਰੱਬ ਪਸੰਦ ਨਹੀਂ ਤਾਂ ਤੂੰ ਇੱਕ ਆਪਣਾ ਵੱਖਰਾ ਰੱਬ ਨਿਸ਼ਚਿਤ ਕਰਕੇ ਆਪਣੀ ਕੁਦਰਤ ਵੀ ਵੱਖਰੀ ਸਿਰਜ ਲੈ। ਪਰ ਇੱਕ ਖਿਆਲ ਰੱਖੀ, ਤੇਰੀ ਵੱਖਰੀ ਜਿਹੜੀ ਕੁਦਰਤ ਹੈ ਨਾ, ਤੇਰਾ ਵੱਖਰਾ ਜਿਹੜਾ ਕਾਦਰ ਹੈ ਨਾ, ਉਹਦਾ ਫਰਕ ਹੋਣਾ ਚਾਹੀਦਾ, ਪਤਾ ਲੱਗੇ ਕਿ ਉਹਦਾ ਸਿਰਜਿਆ ਹੋਇਆ ਤੇ ਉਹਦਾ ਫਰਕ ਕੀ। ਗੁਰੂ ਇੱਕ ਚੈਲੰਜ ਕਰਦੇ ਕਹਿੰਦੇ ਨੇ ਸੰਸਾਰ, ਆ ਜੀਵਨ ਤਾਂ ਪੰਜਾਂ ਤੱਤਾਂ ਵਾਲਾ ਸਾਜਿਆ ਗਿਆ ਹੈ, ਇਹ ਜਿਹਨੇ ਸਾਜਿਆ, ਮੈਂ ਆਪਣੀ ਲੋੜ ਦੀ ਉਹਦੇ ਅੱਗੇ ਅਰਦਾਸ ਕਰਨੀ, ਪ੍ਰਭ ਅੱਗੇ ਅਰਦਾਸ, ਉਹਦਾ ਬਣਾਇਆ ਹੋਇਆ ਹੈ ਇਹ ਜੀਵਨ ਤਾਂ ਪੰਜਾਂ ਤੱਤ। ਜੇ ਤੈਨੂੰ ਕਿਸੇ ਹੋਰ ਜੀਵਨ ਤੇ ਭਰੋਸਾ ਹੈ ਤਾਂ ਫਿਰ ਤੂੰ ਛੇਆਂ ਤੱਤਾਂ ਵਾਲਾ ਬਣਾਤਾ ਉਸ ਵੱਧ। ਪੰਜ ਤੱਤ ਕਰ ਤੂੰ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰੇ ਹੋ ਜੇ ਕਿਛ ਕੀਤਾ ਹੋ ਕੇ ਬਣਾ, ਜੇ ਬਣਾ ਸਕਦੇ। ਪਰ ਕਹਿਣ ਲੱਗੇ ਭੋਲਿਆ, ਇਸ ਹਉਮੈ ਵਿੱਚ ਨਾ ਆ ਕਿ ਇੱਥੋਂ ਤੱਕ ਪਹੁੰਚ ਜਾਏ ਰੱਬ ਦੀ ਹੋਂਦ ਹੀ ਕਬੂਲ ਕਰਨੀ ਛੱਡ ਦੇ, ਅਤੇ ਆਖੀ ਜਿਹੜਾ ਦਿਸਦਾ ਨਹੀਂ ਉਹ ਕਾਹਦੀ ਸ਼ਕਤੀ, ਉਹਦੇ ਅੱਗੇ ਕੀ ਅਰਦਾਸ ਕਰਨੀ ਹੈ? ਭਲਿਆ ਫਿਰ ਤੇ ਤੇਰਾ ਜੀਵਨ ਤੈਨੂੰ ਦਿਸਦਾ ਨਹੀਂ, ਇਹਦੀ ਸੰਭਾਲ ਵੀ ਕਿਉਂ ਕਰਨੀ ਹੈ? ਇਹ ਸਰੀਰ ਤਾਂ ਜੀਵਨ ਹੈ ਨਹੀਂ, ਇਹ ਤਾਂ ਜਦੋਂ ਜੀਵਨ ਚਲਾ ਜਾਂਦਾ ਉਦੋਂ ਵੀ ਹੁੰਦਾ, ਪਰ ਤੂੰ ਇਸਨੂੰ ਉਦੋਂ ਜੀਵਨ ਨਹੀਂ ਸਮਝਦਾ। ਜੇ ਦਿਸਣ ਵਾਲਾ ਸਰੀਰ ਆਪਣੇ ਆਪ ਵਿੱਚ ਜੀਵਨ ਨਹੀਂ ਤਾਂ ਦਿਸਣ ਵਾਲੀ ਕੁਦਰਤ ਵੀ ਆਪਣੇ ਆਪ ਵਿੱਚ ਕਾਦਰ ਨਹੀਂ, ਉਹਦੇ ਵਿੱਚ ਕਾਦਰ ਵਸਣਾ। ਜਿੰਨੀ ਦੇਰ ਅਸੀਂ ਇਹ ਗੁਰਮਤ ਦੀ ਗੱਲ ਗੁਰਬਾਣੀ ਵਿੱਚੋਂ ਨਹੀਂ ਸਮਝਾਂਗੇ ਓਨੀ ਦੇਰ ਨਾਸਤਿਕਤਾ ਵਧੇਗੀ, ਨਾਸਤਿਕਤਾ ਫੈਲਾ ਰਹੇ ਹੋਵਾਂਗੇ, ਤਾਂ ਕਿ ਲੋਕਾਂ ਨੂੰ ਇਹ ਆਖਿਆ ਜਾਏ ਜਿਹੜਾ ਰੱਬ ਨਹੀਂ ਦਿਸਦਾ ਉਹਦੇ ਅੱਗੇ ਅਰਦਾਸ ਕਰੇ, ਜਿਹੜਾ ਰੱਬ ਨਹੀਂ ਦਿਸਦਾ ਕਦੇ ਕਿਸੇ ਨੇ ਵੇਖਿਆ ਹੀ ਨਹੀਂ, ਉਹ ਹੈ ਹੀ ਨਹੀਂ, ਆਹ ਸਭ ਕੁਝ ਦਿਸਦਾ ਹੈ, ਇਸ ਲਈ ਇਹੋ ਹੀ ਰੱਬ ਹੈ। ਇੱਕ ਮਸਲਾ ਹੈ ਜਿਹੜਾ ਸਾਡੇ ਸਾਹਮਣੇ, ਲੇਕਿਨ ਗੁਰੂ ਬੜਾ ਖੂਬਸੂਰਤ ਜਵਾਬ ਦਿੰਦੇ, ਕਹਿੰਦੇ ਨੇ ਉਹ ਕਹਿੰਦੇ ਆ
ਜਿਹੜੇ ਉਸ ਨਾ ਦਿਸਣ ਵਾਲੇ ਪ੍ਰਭੂ ਤੇ ਵਿਸ਼ਵਾਸ ਭਰੋਸਾ ਰੱਖ ਕੇ ਅਰਦਾਸਾਂ ਕਰਦੇ ਨੇ ਤੇ ਜਿਨ੍ਹਾਂ ਦੀਆਂ ਅਰਦਾਸਾਂ ਕਬੂਲ ਪੈਂਦੀਆਂ ਨੇ, ਜਿਹੜੇ ਉਸ ਅਰਦਾਸ ਵਿੱਚੋਂ ਪ੍ਰਭੂ ਕੋਲੋਂ ਰਹਿਮਤ ਪ੍ਰਾਪਤੀ ਕਰਦੇ ਨੇ, ਉਹਨਾਂ ਕੋਲ ਕੁਛ ਰੱਬ ਹੈ ਕਿ ਨਹੀਂ, ਉਹਨਾਂ ਕੋਲ ਕੁਛ ਰੱਬ ਹੈ ਕਿ ਨਹੀਂ, ਅਰਦਾਸ ਕੋਈ ਸ਼ਕਤੀ ਹੈ ਕਿ ਨਹੀਂ, ਕਿਉਂ? ਕਿਉਂਕਿ ਉਸ ਗੱਲ ਦਾ ਵਿਸ਼ਵਾਸ ਉਹਨਾਂ ਨੇ ਗੁਰੂ ਕੋਲੋਂ ਲਿਆ ਹੈ। ਜਿੰਨੀ ਦੇਰ ਸਿੱਖ ਗੁਰੂ ਨਾਲ ਨਹੀਂ ਜੁੜਦਾ, ਉਹਨੂੰ ਨਾ ਰੱਬ ਪ੍ਰਤੀ ਪਤਾ ਲੱਗਦਾ, ਨਾ ਰੱਬ ਅੱਗੇ ਪ੍ਰਭੂ ਅੱਗੇ ਕੀਤੀ ਹੋਈ ਅਰਦਾਸ ਦੀ ਸ਼ਕਤੀ ਤੇ ਵਿਸ਼ਵਾਸ ਹੁੰਦਾ ਹੈ। ਗੁਰੂ ਆਵਾਜ਼ ਦਿੰਦਾ ਹੈ ਤੇ ਕਹਿੰਦਾ ਹੈ, ਪਰਮੇਸ਼ਵਰ
निरंकार निरंजन है, उन्हों एहसास किया जाता है, उन्हों असी कुदरत दे विच बैठा पछाणने हैं। लेकिन ये मत समझिए कि कुदरत ही रब है। एक पासे असी ये दे दस रहे हैं कि साडा ज्ञान गुरु है, दे नहीं, बिल्कुल ठीक है, मैं तो तक नाल सहमत, ज्ञान गुरु है, दे नहीं, पर जदों असी आख देने रब दिसदा नहीं, कुदरत दिसी है, कुदरत विच ही रब, फिर तो असी दे नूं मन लिया। जे दिसण वाली चीज ही रब है ते तां कुदरत रब है, कादर वखरा नहीं बनदे, ते फिर तो असी दे नूं मन लिया, फिर तो असी दिसण वाली चीज नूं कुदरत दा पुजारी हो गए। जिस दिन असी कुदरत नूं रब आख्या उस दिन असी दे मन ले। इसलिए साडा रब है, दे नहीं, सूक्ष्म है, जिहड़ा दिसण दे मोहताज ने, जिवें साडे अंदर जीवन है पर असी कदी अपने आप ते सवाल नहीं कीता जीवन है कि नहीं, सानू दिसदा ते नहीं पर है ना, सानू विश्वास है, इहनू संभालदे हां, दिसदा नहीं। इसी तरह मेरा रब संसार सारिआं दा जीवन है, तिसदे चानण सब मैं चानणा, सारिआं दा जीवन है पर दिसदा नहीं, दिसण दे मोहताज ही ना रखो। हुण तां गुरु ने यह रहमत की, साडा गुरु भी नहीं दिसदा, वह भी शब्द है, एहसास है, ना साडा गुरु दे है, ना साडा रब दे है। इसलिए ना कुदरत नूं असी गुरु आख सकने हां, ना कुदरत नूं असी रब आख सकने हां। ये गल गुरबाणी गुरमुख तों नेड़े हो के समझी जा सकती है। जिन्हां नूं यह विश्वास बनिया उन्होंने अरदास की, जिन्हां दी अरदास कबूल पई, रहमत हुई, वह हुई गुरु का शुक्रगुजार होने लई हाजिर होए। ये सब कुछ अरदास दियां उस अधिक शक्ति अगे की हुई अरदास दियां रहमतां। असीं अधिक शक्ति नूं पूजने, निरंजन निरंकार नूं पूजने, अकाल दे पुजारी हाँ, ये रोज पापा करने पूजा अकाल दी, ते अकाल दी पूजा का मतलब तो याद रख, क्योंकि जिन्हों काल नहीं आता वह ही अकाल है, ते जिहड़ी चीज़ दिसदी है उहनूं काल जरूर आना, अकाल तो उहो ही आ सकता है जिन्हों जिहड़ा दिसदा ना हो। इसलिए पूजा अकाल दी दा लफज़ तां ही सकारत हुंदा है जे असीं देह रूप कुदरत दी पूजा तो बाहर निकलीए, अदेख मानता देइए। इन्हों शब्दों खिमांदा जा चिखा, फतेह बुलाओ, वाहिगुरु जी का खालसा, वाहिगुरु।